ਪਿੰਡਾਂ ਦੇ ਵਿਕਾਸ ਲਈ ਜਿੱਥੇ ਮੌਕੇ ਦੀਆਂ ਸਰਕਾਰਾਂ ਵੱਲੋਂ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਪਿੰਡਾਂ ਦੇ NRI ਵੀਰ ਵੀ ਆਪਣੇ ਪਿੰਡਾਂ ਦੇ ਵਿਕਾਸ ਕੰਮਾਂ ਲਈ ਆਪਣਾ ਵਡਮੁੱਲਾ ਯੋਗਦਾਨ ਅਦਾ ਕਰ ਰਹੇ ਹਨ। ਪਿੰਡ ਟੰਡਾਂ ਦੇ NRI ਜਸਕਾਂਤ ਸਿੰਘ UK ਵੱਲੋਂ ਗੰਦੇ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਲੱਖਾਂ ਰੁਪਏ ਖਰਚ ਕੇ ਟ੍ਰੀਟਮੈਂਟ ਸਿਸਟਮ ਲਗਾਇਆ ਗਿਆ। ਪਿੰਡ ਦੇ ਵਿਕਾਸ ਲਈ ਲੱਖਾਂ ਰੁਪਏ ਖਰਚ ਕਰਨ 'ਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਜਸਕਾਂਤ ਸਿੰਘ UK ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਕਾਂਤ ਸਿੰਘ UK ਨੇ ਕਿਹਾ ਹੈ ਕਿ ਭਾਵੇਂ ਅਸੀਂ ਵਿਦੇਸ਼ਾਂ ਵਿੱਚ ਰਹਿ ਰਹੇ ਹਾਂ ਪਰ ਸਾਨੂੰ ਪਿੰਡ ਦੀ ਮਿੱਟੀ ਨਾਲ ਮੋਹ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਪਿੰਡ ਦੇ ਵਿਕਾਸ ਕੰਮਾਂ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਬਿੰਦਰ ਸੁਮਨ ਨੇ ਕਿਹਾ ਕਿ ਪਿੰਡ ਦੇ NRI ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਕੰਮ ਵੱਡੀ ਪੱਧਰ 'ਤੇ ਕਰਵਾਏ ਗਏ ਹਨ। ਜਸਕਾਂਤ ਸਿੰਘ UK ਪਿਛਲੇ ਲੰਮੇ ਸਮੇਂ ਤੋਂ ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਸਤੇ ਸਿਵਲ ਹਸਪਤਾਲ ਟੰਡਾ ਵਿੱਚ ਦਵਾਈਆਂ ਲਈ ਆਰਥਿਕ ਸਹਿਯੋਗ ਦੇ ਰਹੇ ਹਨ। ਇਸ ਮੌਕੇ ਸੰਤੋਖ ਸਿੰਘ UK, ਤਰਸੇਮ ਸਿੰਘ UK, ਗੁਰਨੇਕ ਸਿੰਘ ਸਾਬਕਾ ਬਲਾਕ ਸਮਿਤੀ ਮੈਂਬਰ, ਅਵਤਾਰ ਲਾਲ ਪੰਚ, ਦਲਜੀਤ ਸਿੰਘ, ਬਿੰਦਰ ਸੁਮਨ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਜਸਕਾਂਤ ਆਪਣੇ ਇੰਗਲੈਂਡ ਵਾਸੀ ਜਿਹੜੇ ਆਪਣੇ ਪਿੰਡ ਵਾਸਤੇ ਕਾਫੀ ਬੜਾ ਦਾਨ ਕੀਤਾ ਅਤੇ ਛੱਪੜ ਦੀ ਸਾਰੀ ਪਾਣੀ ਦਾ ਇੰਤਜ਼ਾਮ, ਖੇਤਾਂ ਨੂੰ ਪਾਣੀ ਦੇਣਾ, ਅੰਡਰਗਰਾਊਂਡ ਪੈਪ ਪਾਉਣੇ, ਬਿਜਲੀ ਦਾ ਸਾਰਾ ਇੰਤਜ਼ਾਮ ਸਾਰਾ ਇਹਨੇ ਕੀਤਾ ਜਾਣੇ ਅਤੇ ਬਹੁਤ ਧੰਨਵਾਦ ਇਹਨਾਂ ਦਾ ਧੰਨਵਾਦ ਕਰਦੇ ਹਾਂ। ਪਿੰਡ ਟੰਡਾਂ ਦੇ ਵਿਕਾਸ ਕਾਰਨਾਂ ਵਾਸਤੇ ਜਿੱਥੇ NRI ਵੀਰ ਵੱਡੀ ਪੱਧਰ 'ਤੇ ਜਿਹੜੀ ਮਾਇਆ ਖਰਚ ਕਰ ਰਹੇ ਨੇ, ਉੱਥੇ ਪੰਜਾਬ ਸਰਕਾਰ ਤੋਂ ਸਮੇਂ ਸਮੇਂ ਦੇ ਜਿਹੜੀ ਪੰਚਾਇਤਾਂ ਟੰਡਾਂ ਦੀਆਂ ਬਣੀਆਂ, ਉਹਨਾਂ ਨੇ ਸਮੇਂ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੂੰ ਤੋਂ ਗ੍ਰਾਂਟਾਂ ਲਿਆ ਕੇ ਪਿੰਡ ਦੇ ਵਿਕਾਸ ਲਈ ਵੱਡਾ ਯੋਗਦਾਨ ਪਾਇਆ, ਜਿਹਦੇ ਵਿੱਚ ਸਾਡੇ ਪਿੰਡ ਦੇ NRI ਵੀਰਾਂ ਦੇ ਉੱਦਮ ਲਗਤ ਲਗਭਗ 1 ਕਰੋੜ ਦੇ ਰੁਪਏ ਖਰਚ ਕਰਕੇ ਸਾਡੇ ਸੰਤੋਖ ਸਿੰਘ ਤਾਇਆ ਜੀ ਦੇ ਉੱਦਮ ਸਦਕਾ ਪਿੰਡ ਦੇ ਜਿਹੜੇ 1 ਕਰੋੜ ਰੁਪਏ ਖਰਚ ਕੇ ਜਿਹੜੇ ਉਹ ਕਾਰਜ ਕੀਤੇ ਗਏ। ਹੁਣ ਇੱਕ ਜਿਹੜੀ ਸਭ ਤੋਂ ਵੱਡੀ ਪਿੰਡ ਦੀ ਸਮੱਸਿਆ ਸੀ ਗੰਦੇ ਪਾਣੀ ਦੀ ਨਿਕਾਸ ਦੀ, ਪਾਣੀ ਨੂੰ ਸਾਂਭ ਸੰਭਾਲਣ ਵਾਸਤੇ ਜਿਹੜਾ ਉਹਦੀ ਬਹੁਤ ਘਾਟ ਸੀਗੀ। ਸਾਡੇ ਜਸਕਾਂਤ ਸਿੰਘ UK ਪੁੱਤਰ ਦਿਨੈ ਸਿੰਘ ਲੰਬੜਦਾਰ ਦੇ ਪਰਿਵਾਰ ਵੱਲੋਂ ਕਾਫੀ ਵੱਡੀ ਮਾਤਰਾ ਵਿੱਚ ਜਿਹੜੇ ਪੈਸੇ ਖਰਚ ਕਰਕੇ ਉਹ ਜਿਹੜੀ ਸਮੱਸਿਆ ਦਾ ਹੱਲ ਕੀਤਾ ਸੀ, ਅੱਜ ਉਹਨਾਂ ਦਾ ਮਾਨ ਸਨਮਾਨ ਕਰਕੇ ਕੀਤਾ ਮਹਿਸੂਸ। ਉਹਨਾਂ ਨੂੰ ਜੋ ਸਾਨੂੰ ਉਹਨਾਂ ਨੇ ਸਹਿਯੋਗ ਦਿੱਤਾ ਗ੍ਰਾਮ ਪੰਚਾਇਤ ਵੱਲੋਂ ਅਤੇ ਨਗਰ ਨਿਵਾਸੀ ਵੱਲੋਂ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਜਿਹੜੇ ਕਾਰਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ। ਇਹ ਪਰਿਵਾਰ ਇੱਥੇ ਦੱਸਣਯੋਗ ਹੈ ਕਿ ਇਹ ਪਰਿਵਾਰ ਸਿਹਤ ਸਹੂਲਤਾਂ ਵਾਸਤੇ ਵੀ ਹਰੇਕ ਸਾਲ ਦਵਾਈਆਂ ਦੀ ਵੀ ਉਹ ਸੇਵਾ ਕਰਦਾ। ਅਸੀਂ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।